This is all part of an effort to improve the living standard of those who reside there. We'll hear from Noor, who is a farmer in Dhala Kalam. ਉਹ ਜੋ ਵੀ ਨਹੀਂ ਲੱਗੀ ਫਿਰ ਤੇ ਮੈਂ ਫਿਰ ਜ਼ੀਰੋ ਤੇ ਆ ਕੇ ਫਿਰ ਸਟਾਰਟ ਫਿਰ ਜ਼ਿਮੀਂਦਾਰਾ ਸ਼ੁਰੂ ਕੀਤਾ ਯਾਹਿਆ who you will hear from next is just one of the farmers who has benefited from the program. He is no longer being forced into buying seeds from and selling his crop to the notorious aarti or middleman from a nearby village. ਅਖੂਵਤ ਵਾਲੇ ਆਏ ਨੇ ਨਾ ਜਿਸਲੇ ਉਹਨਾਂ ਅਰਦੋ ਮਾਮਦ ਕਿਚ ਕੰਮ ਸ਼ੁਰੂ ਕਰ ਲਿਆ ਸੀ ਤਾਂ ਉਹਨਾਂ ਕਿਹਾ ਵੀ ਦੋਨੇ ਕੀ ਤੁਹਾਡੇ ਗਾਉਂ 'ਚ ਵੀ ਕੰਮ ਸ਼ੁਰੂ ਕਰਾਂਗੇ ਪਰ ਸਾਡੇ ਸੋਲਰ ਲੱਗ ਗਿਆ ਕੋਈ ਬੰਦਾ ਇਹ ਕਹਿ ਦਿੰਦਾ ਕਿ ਯਾਰ ਤੇਰਾ ਬੇਟਾ ਬੜਾ ਚੰਗਾ ਤੇਰੀ ਬੇਟੀ ਬੜੀ ਅੱਛੇ ਅਖਲਾਕ ਦੀ ਬੋਲਦੀ ਉਸਲੇ ਫਿਰ ਦਿਲ 'ਚ ਖੁਸ਼ੀ ਫਖਰ ਮਹਿਸੂਸ ਹੁੰਦਾ ਹੈ ਮੇਰਾ ਨਾਮ ਰੁਖਸਾਨਾ ਹੈ ਪਿੰਡ ਮੇਰਾ ਮਰਾਲੀ ਅਠਾੜ ਹੈ ਜ਼ਿਲ੍ਹਾ ਖੂਹ ਦਾਰਾ ਆਇਆ ਇਹ ਇੱਥੇ ਆਏ ਨੇ ਇਹਨਾਂ ਭਾਈਆਂ ਆ ਕੇ ਐਲਾਨ ਕੀਤਾ ਮਸਜਿਦ 'ਚ ਕਿ ਐਸਰਾ ਸੀ ਸੂਤ ਵਿਆਜ ਤੋਂ ਪੈਸੇ ਦਿਆਂ ਦੇ ਬਗੈਰ ਹਰ ਭੈਣ ਹਰ ਬਾਜੀ ਆਪਣੀ ਹਿੰਮਤ ਬਣੇ ਆਪਣੀ ਹਿੰਮਤ ਬਣ ਕੇ ਆਪਣਾ ਬੋਝ ਖੁਦ ਆ ਉਠਾ जाएं साया ए दामाने अहमद में मुनीर और फिर सोचें वो बातें जिनको होना है अभी